ਰਾਹ ਸਿੰਘ ਹੁਣ ਤੱਕ ਆਪਣੇ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਥੋੜ੍ਹਾ ਜਿਹਾ ਸਮਾਂ ਜੋ ਹੋਰ ਰਹਿੰਦਾ ਹੈ ਉਸਨੂੰ ਵੀ ਹਰੀ ਜਸ ਵਿੱਚ ਲਗਾ ਕੇ ਸਫਲਾ ਕਰੋ, ਰਸਨਾ ਦੁਆਰਾ ਸ਼ਬਦ ਵਿੱਚ ਬੋਲਿਆ ਕਰੋ। ਪਹਿਲੇ ਦਾਸ ਬੋਲਿਆ ਕਰਿਆ, ਫਿਰ ਸਭ ਭਾਈ ਬੋਲੋ, ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਿਆ ਕਰੋ। ਮੋਹੇ ਨਾ ਵਿਸਾਰੋ ਜੀ, ਮੈਂ ਜਨ ਤੇਰਾ, ਮੈਂ ਜਨ ਤੇਰਾ, you
ਤਨ ਨਾ ਛੱਡੋ ਸਰੀਰ ਕਲ ਜਾਈ ਕਰ ਅਰਦਾਸ ਕਰੂੰ ਤੇਰੀ ਸਾਂਭਾ ਮੇਗ ਮਿਲੋ ਜਨ ਕਰਨ ਬਿਲਾਂਭਾ ਮੋਹਿਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਪੂਰੀ ਪੂਰੀ ਸਮਝ ਪੈਂਦੀ ਹੈ। ਕਈ ਦਿਨ ਤੋਂ ਆਪਣੀ ਵਿਚਾਰ ਚੱਲ ਰਹੀ ਹੈ, ਇਹ ਜੀਵ ਪਰਮਾਤਮਾ ਦੀ ਅੰਸ਼ ਹੈ, ਯਾਨੀ ਅਸੀਂ ਜਿਤਨੇ ਹਾਂ ਆਤਮ ਸ਼ਹਿਜ਼ਾਦੇ ਹਾਂ, ਜਿਸਮ ਨਹੀਂ ਹਾਂ। ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਜਿਸਮ ਅਤੇ ਸਾਡਾ ਸੰਬੰਧ ਇਉਂ ਹੈ ਜਿਵੇਂ ਮਕਾਨ ਔਰ ਮਕੀਨ ਦਾ ਹੋਵੇ, ਯਾਨੀ ਮਕਾਨ ਦਾ ਔਰ ਮਕਾਨ ਵਿੱਚ ਰਹਿਣ ਵਾਲੇ ਦਾ ਹੋਵੇ। ਮਕਾਨ ਹੋਰ ਹੁੰਦਾ, ਮਕਾਨ ਵਿੱਚ ਰਹਿਣ ਵਾਲਾ ਹੋਰ ਹੁੰਦਾ। ਅਸੀਂ ਮਕਾਨ, ਸਰੀਰ ਮਕਾਨ ਹੈ, ਇਹਦੇ ਵਿੱਚ ਰਹਿਣ ਵਾਲੇ ਮਕੀ ਹਾਂ। ਮਕਾਨ ਦਾ ਮਾਲਕ ਜਦੋਂ ਚਾਹੇ ਆਪਣੇ ਮਕਾਨ ਨੂੰ ਛਡਾ ਲਵੇ, ਇਸੀ ਤਰ੍ਹਾਂ ਸਰੀਰ ਰੂਪੀ ਮਕਾਨ ਨੂੰ ਜਦੋਂ ਪਰਮਾਤਮਾ ਚਾਹੇ, ਜੋ ਉਸਦੀ ਦਾਤ ਹੈ, ਉਸਦੀ ਬਖਸ਼ਿਸ਼ ਹੈ, ਉਸੀ ਵਕਤ ਇਸ ਨੂੰ ਲਿਜਾ ਸਕਦਾ ਹੈ। ਉਸ 'ਤੇ ਪਹਿਲੇ ਪਹਿਲ ਇਸ ਜੀਵ ਨੇ ਜੋ ਕਿ ਪਰਮਾਤਮਾ ਤੋਂ ਵਿਛੜਿਆ ਹੈ, ਉਹ ਤੋਂ ਵਿਛੜ ਕੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ, ਅਨੇਕਾਂ ਬੰਧਨਾਂ 'ਚ ਪੈ ਗਿਆ। ਬੰਧਨਾਂ 'ਚ ਪਿਆ ਆਦਮੀ ਦੁਖੀ ਹੁੰਦਾ ਹੈ, ਜੋ ਬੰਧਨਾਂ ਤੋਂ ਛੁਟਕਾਰਾ ਪਾ ਜਾਵੇ ਉਹ ਸੁਖੀ ਹੋਇਆ ਕਰ। ਛੁਟਕਾਰੇ ਦਾ ਯਤਨ ਕਰ ਰਿਹਾ ਹੈ, ਬਣਾਉਟੀ ਇਹ ਯਤਨ ਬਹੁਤ ਕਰ ਰਿਹਾ ਹੈ, ਪਰ ਉਹਨਾਂ ਦੁਆਰਾ ਇਹ ਸੁਖੀ ਹੁੰਦਾ ਦੇਖਿਆ ਨਹੀਂ ਕੋਈ, ਬਲਕਿ ਜ਼ਿਆਦਾ ਬੰਧਨਾਂ 'ਚ ਪੈਂਦੇ ਦੇਖੇ ਗਏ।
असली छुटकारे का उपा को एक है गुरु शरण विच आके वाहिगुरु की भक्ति सेवा करके मन की शुद्धि और एकाग्रता द्वारा उस प्राप्त करना या उस दे विच मिल जाना जिस दे विच दुख कोई नहीं जिस विच मौत नहीं जिस विच बीमारी नहीं एक रस आनंद का सागर है वो दे विच मिल के हाजी हो जाना ये इसका परम प्रयोजन है। मानुख दे मिलन का यही असलेश का उद्देश है। जिंदगी का मुद्दा एम ऑफ द लाइफ यही कुछ है। इस वास्ते जिन्हां जिन्हां ने ऐसा कुछ किया गुरु शरण विच आए नाम जपया सेवा की उन्होंने किडे किडे उच्च मुराद भी हासिल होए आप भी तरे लखां लखां दुनिया नूं तारन नूं समर्थ होए। तदे ही हजूर फरमाउंदे हन नाम जपिए तंदूर हुंदे Thank you.
ਆ ਕੇ ਸੇਵਾ ਕਰਨੀ, ਇਸ ਦੇ ਬੇਅੰਤ ਲਾਭ ਗੁਰੂ ਜੀ ਨੇ ਦਰਸਾਏ। ਹਸਤੀ ਸਿਰਜੂ ਅੰਕ ਸਹਿ ਐਰਣ ਜਿਉਂ ਸਿਰ ਦੇ ਮੰਤ ਨੇ ਆਗੇ ਰਾਖ ਉੱਭੀ ਸੇਵ ਕਰੇ ਕਿਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ਼ਿਸ਼ਟ ਕਰ ਲਏ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਜਾਂ ਨਾਨਕ ਮਾਂ ਲੜਾਈ ਤਾਰਾਂ ਕੇ ਖਿਦਮਤ ਕਰ ਖੁਦ ਮਖਦੂਮ ਸ਼ੁੱਧ। ਇਉਂ ਸੇਵਾ ਔਰ ਭਜਨ ਵਿੱਚ ਬੜੀਆਂ ਬਰਕਤਾਂ ਹਨ, ਪਰ ਇਹ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਆਧਾਰ 'ਤੇ ਹੀ ਹੁੰਦੀਆਂ। ਫਰੀਦ ਨੇ 36 ਸਾਲ ਕਠਿਨ ਤਪੱਸਿਆ ਕੀਤੀ, ਪਰ ਇੱਕ ਛਿਨ ਮਾਤਰ ਵੀ ਸ਼ਾਂਤ ਨਸੀਬ ਨਾ ਹੋਈ। ਜਦੋਂ ਆਪਣੇ ਮੁਰਸ਼ਦ ਦੀ ਸ਼ਰਨ ਵਿੱਚ ਆ ਕੇ ਖਵਾਜੇ ਦੀ ਅਜਮੇਰ ਸੇਵਾ ਕੀਤੀ, ਭਜਨ ਕੀਤਾ, ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਪ੍ਰਾਪਤ ਨਹੀਂ ਸੀ ਹੋਈ। ਕਿਉਂਕਿ ਇਹ ਦੱਸਿਆ ਹੈ ਬੇਪੀਰੇ ਬੇਮੁਰਸ਼ਦੇ ਯਾਨੀ ਨਗੁਰੇ ਪੁਰਸ਼ ਦੀ 100 ਸਾਲ ਦੀ ਰਿਆਜ਼ਤ ਨਾਲੋਂ 100 ਸਾਲ ਦੀ ਬੰਦਗੀ ਨਾਲੋਂ ਮਹਾਂਪੁਰਖ ਦੀ ਘੜੀ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਫਰੀਦ ਨੂੰ ਅੱਜ ਜਦੋਂ ਆਪਣੇ ਮੁਰਸ਼ਦ ਗੁਰੂ ਦੀ ਸ਼ਰਨ ਵਿੱਚ ਆਇਆ ਉਹ ਸ਼ਾਂਤ ਨਸੀਬ ਹੋਈ ਜੋ ਕਦੇ ਵੀ ਨਹੀਂ ਸੀ ਹੋਈ। ਹੁਣ ਸੇਵਾ ਔਰ ਭਜਨ ਦੋ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਨ ਤਾਂ ਅੱਗੇ ਕਾਫ਼ੀ ਸ਼ੁੱਧ ਸੀ, ਜਲਦੀ ਜਲਦੀ ਬਿਰਤੀ ਹੁਣ ਮੰਜ਼ਿਲਾਂ ਨੂੰ ਤੈਅ ਕਰਦੀ ਚਲੀ ਜਾ ਰਹੀ ਹੈ। ਸੇਵਾ ਦੇ ਨਾਲ ਮਨ ਹੋਰ ਵਿਸ਼ੇਸ਼ ਸ਼ੁੱਧ ਹੋ ਰਿਹਾ ਹੈ। ਇਸੇ ਤਰ੍ਹਾਂ 12 ਸਾਲ ਸੇਵਾ ਕੀਤੀ, ਜਿਵੇਂ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਹੁੰਦੇ ਹਨ, 3 ਮਹੀਨੇ ਪਿੱਛੋਂ 6, 9 ਔਰ ਸਾਲਾਨਾ ਐਨੂਅਲ ਐਗਜ਼ਾਮੀਨੇਸ਼ਨ ਆਦਿ ਹੁੰਦੇ ਹਨ। ਇਸੇ ਤਰ੍ਹਾਂ ਇੱਧਰ ਵੀ ਇਮਤਿਹਾਨ ਹੁੰਦੇ ਚਲੇ ਆਏ। ਸਤਪੁਰਸ਼ ਰੂਹਾਨੀ ਰਹਿਬਰ ਵੀ ਆਪਣੇ ਵਿਦਿਆਰਥੀਆਂ ਦੇ ਇਮਤਿਹਾਨ ਲੈਂਦੇ ਚਲੇ ਆਏ ਹਨ। ਹਾਂ, ਫਰੀਦ ਨੂੰ ਮੰਜ਼ਲੇ ਹੱਕ ਵਿੱਚ ਪਹੁੰਚਾਉਣ ਵਾਸਤੇ ਉਸਦੇ ਮੁਰਸ਼ਦ ਨੇ ਇੱਕ ਸੱਟੀ ਲਗਾਈ 12 ਸਾਲ ਪਿੱਛੋਂ। ਅੱਗੇ ਜਿੱਥੇ ਹੋਰ ਸੇਵਾ ਕਰਦਾ ਸੀ, ਇੱਕ ਉਹਨਾਂ ਦੇ ਇਸ਼ਨਾਨ ਦੀ ਸੇਵਾ ਵੀ ਸੀ। ਉਹਨਾਂ ਦਾ ਸਰੀਰ ਯਾਨੀ ਉਸਦੇ ਮੁਰਸ਼ਦ ਦਾ ਗੁਰੂ ਦਾ ਸਰੀਰ ਬਹੁਤ ਬਿਰਧ ਹੋ ਚੁੱਕਾ ਸੀ। ਗਰਮ ਪਾਣੀ ਨਾਲ ਸਵੇਰੇ ਇਸ਼ਨਾਨ ਫਰੀਦ ਕਰਵਾਇਆ ਕਰਦਾ। ਉਹਨਾਂ ਸਮਿਆਂ ਦੇ ਵਿੱਚ 12ਵੀਂ 13ਵੀਂ ਸਦੀ ਦੀ ਗੱਲ ਹੈ, ਉਹਨਾਂ ਸਮਿਆਂ ਦੇ ਵਿੱਚ ਸੰਸਥਾ ਇਤਨਾ ਜ਼ੋਰ ਨਹੀਂ ਸੀ। ਅੱਗ ਆਦਿ ਮਚਾਉਣ ਦੇ ਸਾਧਨ ਵੀ ਐਡੇ ਹੈ ਨਹੀਂ ਸਨ, ਦੀਆ ਸਲਾਈਆਂ ਵੀ ਸਾਡੇ ਦੇਸ਼ ਅਜੇ ਨਹੀਂ ਸਨ ਆਈਆਂ, ਪਾਥੀਆਂ ਪੁੱਥੀਆਂ ਦੱਬ ਕੇ ਰੱਖਦੇ, ਬਾਲਣੇ ਇਕੱਠਾ ਕਰਕੇ ਰੱਖਣਾ, ਉਸਦੇ ਨਾਲ ਪਾਣੀ ਗਰਮ ਕਰਨਾ, ਫਿਰ ਇਸ਼ਨਾਨ ਵਗੈਰਾ ਕਰਾਉਣਾ। ਇਸ਼ਨਾਨ ਕਰਕੇ ਮਹਾਂਪੁਰਖ ਆਨੰਦ ਦਾ ਸਾਗਰ ਜੋ ਪਰਮੇਸ਼ਰ ਹੈ ਪਰਮਾਤਮਾ ਉਹਦੇ ਵਿੱਚ ਬਿਰਤੀ ਜੋੜ ਕੇ ਸਮਾਧਿਸ਼ਟ ਹੁੰਦੇ। ਅੱਜ ਰਾਤ ਦੇ ਵੇਲੇ ਪਹਿਰ ਆਪ ਗੁਜ਼ਰ ਗਈ। ਫਰੀਦ ਨੇ 2 ਘੰਟੇ ਆਰਾਮ ਕਰਨ ਵਾਸਤੇ ਲੇਟਣਾ ਕੀਤਾ। ਜਦੋਂ ਉੱਠਿਆ ਕੀ ਦੇਖਿਆ, ਇਤਨੀ ਬਾਰਿਸ਼ ਪੈ ਰਹੀ ਹੈ ਜਿਸ ਕਰਕੇ ਪਾਣੀ ਹੀ ਪਾਣੀ ਚਾਰ ਫੇਰੇ ਨਜ਼ਰ ਆਉਂਦਾ। ਵੈਸੇ ਤਾਂ ਅੰਧੇਰਾ ਹੈ, ਪਰ ਜਦੋਂ ਬਿਜਲੀ ਲਸ਼ਕਦੀ ਹੈ ਉਦੋਂ ਕੁਛ ਇਹ ਪ੍ਰਤੀਤ ਹੁੰਦਾ ਹੈ। ਅੱਗ ਜੋ ਰੱਖੀ ਹੋਈ ਸੀ ਜਲ ਗਰਮ ਕਰਨ ਵਾਸਤੇ ਉਹ ਸਭ ਬੁਝ ਗਈ, ਔਰ ਸਾਰੇ ਸਾਧਨ ਜਲ ਗਰਮ ਕਰਨ ਦੇ ਖਤਮ ਹੋ ਗਏ। ਹੁਣ ਇਸ ਚਿੰਤਾ ਵਿੱਚ ਹੈ
12 साल की सेवा कीती हुई अज ये प्रतीत हुंदा है कोई इम्तिहान है, ऐसा ना हो अज फेल हो जां, क्योंकि यूं फरमान कीता है मरजीवड़े ही पास हुंदे हन इन्हां इम्तिहानां दे विच। हाँ जी, कबीर कसौटी राम की झूठा टिके न कोए, राम कसौटी सो सहे जो मरजीवा होए। मरजीवड़ियां तो बिना एक कसौटी चलनी बड़ी औखी है। जदों लगती है राम कसौटी जो मर जीवा हो। फरीद ने
ਸੋਚਿਆ ਹੁਣ ਕੀ ਕੀਤਾ ਜਾਏ, ਜਲ ਗਰਮ ਕਰਨ ਦਾ ਸਾਧਨ ਸਭ ਖਤਮ ਹੈ, ਅੱਗ ਨਹੀਂ, ਅੱਗ ਲਿਆਂਦੀ ਜਾਵੇ ਤਾਂ ਕਿੱਥੋਂ, ਮੀਂਹ ਵੱਧ ਰਿਹਾ ਹੈ, ਚਾਰ ਚੁਫੇਰੇ ਗੋਡੇ ਗੋਡੇ ਪਾਣੀ ਫਿਰਦਾ, ਸਰਦੀ ਦਾ ਮੌਸਮ ਹੈ, ਥੱਕਾ ਵਗਦਾ, ਸਖ਼ਤ ਸਰਦੀ ਪੈਂਦੀ ਹੈ, ਪਰ ਚਿੰਤਾ ਹੈ ਤਾਂ ਇੱਕੋ ਹੈ, ਕਿਵੇਂ ਨਾ ਕਿਵੇਂ ਜਲ ਗਰਮ ਕਰਕੇ ਮੈਂ ਮੁਸ਼ ਦਾ ਇਸ਼ਨਾਨ ਕਰਾਵਾਂ। 12 ਸਾਲ ਜਿੱਥੇ ਹੋਏ ਇੱਕ ਦਿਨ ਵੀ ਨਾਗਾ ਨਹੀਂ ਪਿਆ, ਜੇ ਅੱਜ ਨਾਗਾ ਪੈ ਜਾਂਦਾ ਹੈ ਤਾਂ ਫੇਲ ਹੁੰਦਾ। ਇਹ ਸੋਚ ਕੇ ਹੋਰ ਕੁਛ ਨਹੀਂ ਸੋਚਦਾ ਅਤੇ ਸ਼ਹਿਰ ਵੱਲ ਜੋ ਕਿ ਐਨ ਨਜ਼ਦੀਕ ਸੀ ਖਵਾਜੇ ਦੀ ਅਜਮੇਰ ਉਹਨਾਂ ਦੇ ਸਥਾਨ ਦੇ, ਉੱਥੇ ਸ਼ਹਿਰ ਵਿੱਚ ਜਾ ਕੇ ਕੋਸ਼ਿਸ਼ ਕਰਨੀ, ਉੱਦਮ ਕਰਨਾ, ਕਿਤੋਂ ਅੱਗ ਦਾ ਚਿੰਗਾੜਾ ਮਿਲ ਜੇ, ਲਿਆ ਕੇ ਜਲ ਗਰਮ ਕੀਤਾ ਜਾਏ। ਇਉਂ ਸੋਚ ਕੇ ਇਹੋ ਜਿਹੇ ਵਿਚਾਰ ਆਪਣੇ ਚਿੱਤ ਵਿੱਚ ਕਲਪਦਾ ਹੈ। ਜੇ ਮੈਂ ਚੱਲਦਾ ਤਾਂ ਦਿਜਦੀ ਹੈ ਕੰਬਲੀ, ਜੇ ਮੈਂ ਚੱਲਦਾ ਕੰਬਲੀ ਰਾਹਾਂ ਤਾਂ ਟੁੱਟੇ ਨੇ। ਹਾਂ ਕਹਿੰਦੇ ਨੇ ਜੇਕਰ
ਇਸ਼ਨਾਨ ਕਰਵਾਉਣ ਦਾ ਕੋਈ ਯਤਨ ਕੀਤਾ ਜਾਂਦਾ ਬੜਾ ਮੁਸ਼ਕਲ ਹੈ, ਬਲਕਿ ਨਾਮੁਮਕਿਨ ਜਾ ਦਿੰਦਾ ਹੈ। ਜੇ ਇਸ਼ਨਾਨ ਨਹੀਂ ਕਰਵਾਉਂਦਾ ਤਾਂ 12 ਸਾਲ ਦੀ ਕੀਤੀ ਘਾਲਣਾ ਐਵੇਂ ਜਾਂਦੀ ਹੈ। ਇੱਕ ਸਵਾਲ ਨਾ ਹੱਲ ਕਰ ਸਕੇ ਵਿਦਿਆਰਥੀ, ਇੰਨੇ ਨਾਲ ਹੀ ਫੇਲ ਹੋ ਜਾਂਦਾ। ਇਸ ਤਰੀਕੇ ਸਿਰ ਕਸ਼ਮਕਸ਼ ਆਪਣੇ ਮਨ ਨਾਲ ਕਰ ਰਹੇ ਹਨ। ਅਖੀਰ ਸੋਚਦੇ ਹਨ ਸਿਰ ਤੱਕ ਤਾਂ ਲਾ ਦੇਣਾ ਆਪਣਾ ਫਰਜ਼ ਹੈ, ਅੱਗੇ ਰੱਬ ਦੀਆਂ ਰੱਬ ਜਾਣੇ। ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਪਹਿਲੇ 36 ਸਾਲ ਤਪ ਕੀਤਾ, 12 ਸਾਲ ਸੇਵਾ ਕੀਤੀ, ਅਭਿਆਸ ਕੀਤਾ, ਹਾਂ ਉਸ ਦੀ ਪ੍ਰਾਪਤੀ ਨਾ ਹੋਣ ਦੇ ਡਰ ਤੋਂ ਡਰਦੇ ਹੋਏ ਇਹ ਸੋਚਦੇ ਹਨ। ਅਖੀਰ ਸੋਚਿਆ ਵੀ ਸਿਰ ਤੱਕ ਤਾਂ ਲਾ ਦੇਣਾ ਆਪਣਾ ਫਰਜ਼ ਹੈ, ਕਿਉਂ ਫਿਰ ਕਿਹੜਾ ਸਰੀਰ ਨੇ ਰਹਿ ਜਾਣਾ। ਇੱਕ ਦਿਨ ਸਰੀਰ ਨੇ ਤਾਂ ਬਿਨਸ ਜਾਣਾ ਹੀ ਹੈ, ਜੇ ਚੰਗੇ ਪਾਸੇ ਲੱਗ ਜਾਏ ਤਾਂ ਬਿਹਤਰ ਹੋਰ ਕੀ ਹੈ, ਅੱਗੇ ਰੱਬ ਦੀਆਂ ਰੱਬ ਜਾਣੇ। ਇਉਂ ਸੋਚਦੇ ਹੋਏ ਆਪਣੀ ਦ੍ਰਿੜਤਾ ਇਸ ਤਰੀਕੇ ਸਿਰ ਜਣਾਉਂਦੇ ਹੋਏ ਕੰਬਲ ਦਾ ਚੁੰਬ ਮਾਰ ਕੇ ਮੀਂਹ ਪੈਣ ਦੇ ਵਿੱਚ ਸ਼ਹਿਰ ਵੱਲ ਨੂੰ ਚੱਲ ਪੈਂਦੇ ਅਤੇ ਨਾਲ ਇਉਂ ਗਾਉਂਦੇ ਜਾਂਦੇ ਹਨ। ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਜਾਵੇ ਕਰਦੇ।
ਸਾਜਨਾ ਟੁੱਟੇ ਨਾਹੀ ਨੇ ਇਉਂ ਸ਼ਹਿਰ ਨੂੰ ਤੁਰੇ ਜਾਂਦੇ ਅਤੇ ਆਪਣਾ ਇਹੋ ਜਿਹਾ ਦ੍ਰਿੜ ਇਰਾਦਾ ਜ਼ਾਹਰ ਕਰ ਰਹੇ ਹਨ। ਭਲਾ ਸਵੇਰ ਦਾ ਵਕਤ ਹੋਵੇ, ਅੰਮ੍ਰਿਤ ਵੇਲਾ, ਸਰਦੀ ਦਾ ਮੌਸਮ, ਬਾਰਿਸ਼ ਪੈਂਦੀ ਹੋਵੇ, ਉਸ ਵੇਲੇ ਕੌਣ ਜਾਗੇ? ਕਲਯੁਗ ਦਾ ਜੁੱਲੜ ਸਭ ਦੇ ਉੱਪਰ ਸਿੱਟਿਆ ਹੋਵੇ, ਜਾਂ ਤਾਂ ਕੋਈ ਬਿਮਾਰ ਜਾਗੇ ਜਾਂ ਕੋਈ ਰੱਬ ਦਾ ਪਿਆਰਾ। ਸਾਰੇ ਸ਼ਹਿਰ ਵਿੱਚ ਸੁੰਨਸਾਨ ਨਜ਼ਰ ਆਉਂਦੀ ਹੈ, ਕਿਉਂਕਿ ਉਹ ਸਮਾਂ ਬਿਜਲੀਆਂ ਦਾ ਹੈ ਨਹੀਂ ਸੀ। ਇਉਂ ਅੰਧੇਰ ਕੋ ਫਿਰਦਿਆਂ ਫਿਰਦਿਆਂ ਇੱਕ ਚੁਬਾਰੇ ਵਿੱਚ ਥੋੜ੍ਹਾ ਜਿਹਾ ਚਾਨਣਾ ਨਜ਼ਰ ਆਇਆ, ਥੋੜ੍ਹੀ ਜਿਹੀ ਰੋਸ਼ਨੀ ਦਿਸੀ। ਉਹ ਇੱਕ ਵੇਸਵਾ ਦਾ ਮਕਾਨ ਸੀ। ਹੇਠੋਂ ਆਵਾਜ਼ ਦਿੱਤੀ ਤਾਂ ਉੱਪਰੋਂ ਆਵਾਜ਼ ਆਈ, ਕੌਣ ਹੈ? ਇਹਨੇ ਕਿਹਾ, ਮੈਂ ਫਰੀਦ ਹੈ। ਉੱਪਰੋਂ ਆਵਾਜ਼ ਆਈ, ਪੌੜੀਆਂ ਸਾਹਿਬ ਉੱਪਰ ਚੜ੍ਹਿਆ ਕੌਣ ਹੈ? ਉੱਪਰ ਜਾ ਪਹੁੰਚਿਆ। ਜਾ ਕੇ ਜਦੋਂ ਉੱਪਰ ਗਿਆ, ਉਹਨੇ ਪੁੱਛਿਆ, ਤੂੰ ਕੌਣ ਹੈ, ਇਹ ਵੇਲੇ ਫਿਰਦਾ ਹੈ? ਕਹਿਣ ਲੱਗਾ, ਮਾਤਾ, ਮੈਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ ਹੈ। ਅੱਗ ਉੱਗ ਸਾਰੀ ਬੁਝ ਗਈ, ਸਾਰੇ ਸਾਧਨ ਖਤਮ ਹੋ ਗਏ ਜਲ ਗਰਮ ਕਰਨ ਦੇ, ਹੁਣ ਅੱਗ ਢੂੰਡਦਾ ਫਿਰਦਾ, ਜੇ ਕਿਤੇ ਮਿਲ ਜਾਏ, ਅੱਗ ਦਾ ਚਿੰਗਾੜਾ ਮਿਲ ਜਾਏ, ਬੜੀ ਮਿਹਰਬਾਨੀ ਹੋਵੇ। ਉਸਦੇ ਚਿੱਤ ਨੂੰ ਮਹਾਂਪੁਰਖਾਂ ਨੇ ਪ੍ਰੇਰ ਦਿੱਤਾ। ਸੋ ਕਹਿਣ ਲੱਗੀ, ਹਾਂ ਫਰੀਦਾ, ਅੱਗ ਮਿਲ ਤਾਂ ਸਕਦੀ ਹੈ, ਪਰ ਬੜੀ ਮਹਿੰਗੀ ਮਿਲੇਗੀ। ਕਹਿੰਦਾ, ਕਿੰਨੇ ਕੁ? ਕਹਿਣ ਲੱਗੀ, ਜੇ ਅੱਗ ਚਾਹੀਦੀ ਹੈ, ਅੱਖ ਦੀ ਡੇਲੀ ਕੱਢ ਕੇ ਦੇ ਜਾ, ਉਤਨੀ ਅੱਗ ਦਾ ਚਿੰਗਾੜਾ ਲੈ ਜਾ। ਇਹ ਸੁਣ ਕੇ ਬਹੁਤ ਹੀ ਖੁਸ਼ ਹੋਇਆ, ਕਹਿੰਦਾ, ਇਹ ਤਾਂ ਬੜਾ ਹੀ ਸਸਤਾ ਸੁੱਧ ਹੈ, ਜੇਕਰ ਸਿਰ ਮੰਗ ਲੈਂਦੀ ਸਿਰ ਵੀ ਮੈਂ ਦੇ ਦਿੰਦਾ, ਜੇ ਸਿਰ ਦਿੱਤੀਆਂ ਸੱਤ ਵਸਤੂ ਪਰਮਾਤਮਾ ਦਾ ਮਿਲਾਪ ਹੋ ਜੇ ਫਿਰ ਵੀ ਸਸਤਾ ਹੀ ਹੈ। ਸਿਰ ਤਾਂ ਨਾਸ਼ਵੰਤ ਵਸਤੂ ਹੈ, ਪਰਮਾਤਮਾ ਸੱਤ ਵਸਤੂ ਹੈ। ਸੱਤ ਦੇ ਬਦਲੇ ਅਸੱਤ ਦਾ ਪਰਿਤਿਆਗ ਤਾਂ ਬਹੁਤ ਹੀ ਮਾਮੂਲੀ ਗੱਲ ਹੈ, ਪਰ ਸਮਝ ਵਾਲਿਆਂ ਨੂੰ ਹੈ। ਇਉਂ ਕਰਕੇ ਫਰੀਦ ਦੀ ਨਿਗਾਹ 'ਚ ਬੈਠ ਕੇ ਦੇਖੋ, ਉਹਨੂੰ ਸਸਤਾ ਮਾਲੂਮ ਦਿੰਦਾ ਹੈ। ਕਹਿਣ ਲੱਗਾ, ਲੈ ਮਾਤਾ, ਫਿਰ ਅੱਖ ਦੀ ਡੇਲੀ ਕੱਢ ਲੈ ਅਤੇ ਇਤਨੀ ਅੱਗ ਮੈਨੂੰ ਦੇ ਦੇ। ਉਹ ਕਹਿਣਗੇ, ਨਹੀਂ, ਆਪਣੇ ਆਪ ਕੱਢ ਕੇ ਦੇ। ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਅੱਗੇ ਰੱਖ ਦਿੱਤੀ। ਅੱਖ 'ਤੇ ਪੱਟੀ ਬੰਨ ਲਈ, ਉਤਨਾ ਅੱਗ ਦਾ ਚਿੰਗਾੜਾ ਮਿਲ ਜਾਂਦਾ ਹੈ। ਬੜੇ ਯਤਨਾਂ ਨਾਲ ਲਿਆਂਦਾ, ਲਿਆ ਕੇ ਬੜੇ ਮੁਸ਼ਕਲ ਨਾਲ ਜਲ ਗਰਮ ਕੀਤਾ, ਦਿਨ ਭਾਵੇਂ ਚੜ੍ਹ ਗਿਆ, ਮਹਾਂਪੁਰਖਾਂ ਦਾ ਇਸ਼ਨਾਨ ਕਰਵਾਇਆ। ਇਸ਼ਨਾਨ ਕਰਕੇ ਉਹ ਸਵੇਰ ਸਰੂਪ ਦੇ ਧਿਆਨ ਵਿੱਚ ਮਗਨ ਹੋਏ, ਆਪ ਵੀ ਬੈਠ ਗਿਆ। ਪਰ ਅੱਖ 'ਤੇ ਪੱਟੀ ਬੰਨੀ ਹੋਈ ਹੈ, ਕਿਉਂ? ਅੱਖ ਦੀ ਡੇਲੀ ਕੱਢੀ ਗਈ, ਚੀਸ਼ ਵੀ ਪੈਂਦੀ ਹੈ। ਇਉਂ ਕਰਕੇ ਪਹਿਰ ਕੁ ਦਿਨ ਚੜ੍ਹ ਗਿਆ। ਜਦ ਉਹਨਾਂ ਮਹਾਂਪੁਰਖਾਂ ਨੇ ਆਵਾਜ਼ ਮਾਰੀ ਫਰੀਦ ਨੂੰ, ਇਹ ਪਹੁੰਚਿਆ, ਜਾ ਕੇ ਸਿੱਧਾ ਕੀਤਾ, ਸਿਰ ਨਵਾਇਆ, ਇਹਦੇ ਚਿਹਰੇ ਵੱਲ ਤੱਕ ਕੇ ਕਹਿਣ ਲੱਗੇ, ਕੀ ਗੱਲ ਹੈ, ਪੱਟੀ ਵਧੀ ਹੈ? ਕਹਿਣ ਲੱਗਾ, ਮਹਾਰਾਜ, ਆਈ ਹੈ, ਯਾਨੀ ਦੁਖਣੀ ਆਈ ਹੈ। ਪਤਾ ਤਾਂ ਉਹਨਾਂ ਹੈ ਹੀ ਸੀ ਸਭ ਕੁਛ। ਕਹਿਣ ਲੱਗੇ, ਚੰਗਾ ਜੀ, ਆਈ ਹੈ, ਖੋਲ੍ਹ ਦੇ। ਅੱਖ ਦੀ ਪੱਟੀ ਖੋਲ੍ਹੀ, ਅੱਖ ਵੀ ਸਾਬਤ ਹੈ, ਔਰ ਉਹ ਪਰਮਾਤਮਾ ਦੀ ਜੋਤ ਜ਼ਿਆਦੇ ਵਾਸਤੇ 36 ਸਾਲ ਤੱਪ 12 ਸਾਲ ਸੇਵਾ ਕੀਤੀ, ਉਹ ਅੰਦਰ ਹਿਰਦੇ ਵਿੱਚ ਪ੍ਰਕਾਸ਼ ਕਰਿਆ। ਫਰੀਦ ਨਿਹਾਲ ਹੋ ਗਿਆ। ਇਸ ਵਸਤੂ ਦੀ ਦਾਤ ਸਤਪੁਰਸ਼ ਕਈ ਤਰੀਕੇ ਸਿਰ ਕਰ ਦਿੰਦੇ ਹਨ, ਪਰ ਜਿਹੜੀ ਧਾਰਨਾ
ਕਰਵਾ ਕੇ ਮਿਹਨਤ ਕਰਵਾ ਕੇ ਵਸਤੂ ਦਿੱਤੀ ਜਾਵੇ ਉਹਦੀ ਵਸਤੂ ਗ੍ਰਹਿਣ ਕਰਨ ਵਾਲਾ ਕਦਰ ਕਰਦਾ ਹੈ। ਸਸਤੀ ਬਿਨਾਂ ਕਾਰਨਾਂ ਤੋਂ ਵਸਤੂ ਮਿਲ ਜਾਵੇ ਉਹਦੀ ਕਦਰ ਨਹੀਂ ਕਰਦਾ ਹੁੰਦਾ ਕਹਿਦਾ ਹੈ। ਜਿਸ ਨੂੰ ਮੁਫਤ ਆਪਣੇ ਪਿਤਾ ਦਾ ਧਨ ਕਮਾਇਆ ਮਿਲ ਜਾਏ ਉਹਦੀ ਕਦਰ ਨਹੀਂ ਕਰਦਾ। ਆਪ ਮੁਸ਼ਕਤ ਕਰਕੇ ਲਹੂ ਪਸੀਨਾ ਇੱਕ ਕਰਕੇ ਮਿਹਨਤ ਕੀਤੀ ਹੋਵੇ ਫਿਰ ਧਨ ਕਮਾਵੇ ਫਿਰ ਉਸਨੂੰ ਸਾਂਭ ਕੇ ਰੱਖਦਾ ਹੈ। ਕਿਉਂ ਇਸੀ ਤਰ੍ਹਾਂ ਇੰਨੀ ਮਿਹਨਤ ਕਰਵਾ ਕੇ ਵਸਤੂ ਦਿੱਤੀ ਫਰੀਦ ਨਿਹਾਲ ਅਗੋ ਉਹਦੀ ਫਿਰ ਗੱਦੀ ਚੱਲੀ ਹੈ ਫਰੀਦ ਦੀ। ਇਉਂ ਫਰੀਦ ਨੂੰ ਗੁਰੂ ਸ਼ਰਨ ਵਿੱਚ ਆ ਕੇ ਇਸ ਵਸਤੂ ਦੀ ਪ੍ਰਾਪਤੀ ਹੋਈ। ਇਸੀ ਤਰ੍ਹਾਂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਪਹਿਲੇ ਸੰਸਕਾਰ ਅੰਮ੍ਰਿਤ ਯਾਨੀ ਚਰਨ ਅੰਮ੍ਰਿਤ ਹਾਸਲ ਕੀਤਾ, ਉਸ ਤੋਂ ਬਾਅਦ ਨਾਮ ਅੰਮ੍ਰਿਤ ਮਿਲਿਆ, ਉਸਦੀ ਕਮਾਈ ਅਤੇ ਸੇਵਾ ਕੀਤੀ। ਤਨ ਕਰਕੇ ਸੇਵਾ, ਮਨ ਕਰਕੇ ਭਜਨ, ਸ਼ੁੱਧ ਔਰ ਇਕਾਗਰਤਾ ਦੀ ਲੋੜ ਹੈ। ਮਨ ਸ਼ੁੱਧ ਔਰ ਇਕਾਗਰ ਹੁੰਦਾ ਚਲਾ ਗਿਆ, ਜਲਦੀ ਹੀ ਅੰਦਰ ਇਤਨੀ ਰੋਸ਼ਨੀ ਹੋ ਜਾਂਦੀ ਹੈ ਜਿਵੇਂ ਲਾਲ ਸੂਰਜ ਚੜ੍ਹਿਆ ਮੱਥੇ ਵਿੱਚ ਇਤਨੀ ਰੋਸ਼ਨੀ ਹੋ ਕੇ ਨਾਮ ਦਾ ਸਿਮਰਨ ਜਾਰੀ ਹੋ ਗਿਆ, ਉਹਦੇ ਵਿੱਚ ਮਸਤ ਹੋ ਗਏ ਅਤੇ ਸੇਵਾ ਹੱਥੀਂ ਕਰਦੇ ਹਨ। ਸੇਵਾ ਬਹੁਤ ਕਿਸਮ ਦੀ ਹੈ, ਲੰਗਰ ਦੀ ਸੇਵਾ ਹੈ, ਜੂਠੇ ਬਰਤਨ ਮਾਂਜਣੇ ਹਨ, ਸਾਧਸੰਗ ਦੇ ਜੁੱਤੇ ਚਾੜਨੇ ਹਨ, ਉਹ ਤੱਪੜ ਵਿਛਾਉਣੇ, ਝਾੜੂ ਦੇਣੇ, ਅਨੇਕਾਂ ਕਿਸਮ ਦੀ ਸੇਵਾ ਜੋ ਗੁਰੂ ਘਰ ਵਿੱਚ ਹੈ। ਜਿਉਂ ਜਿਉਂ ਸੇਵਾ ਕਰਦੇ ਤੇ ਉਹਦੇ ਮਨ ਵੀ ਸ਼ੁੱਧ ਹੁੰਦਾ ਹੈ। ਇਉਂ ਇਉਂ 12 ਸਾਲ ਸੇਵਾ ਕੀਤੀ। ਅਖੀਰ ਸਭ ਤੋਂ ਕਠਿਨ ਜਿਹੜੀ ਸੇਵਾ ਸੀ ਆਪਣੇ ਪ੍ਰਤਿਗਿਆ ਕੀਤੀ, ਰਾਤ ਦੇ ਪਹਿਰ ਸਵਾ ਪਹਿਰ ਰਾਤ ਦੇ ਸਤਸੰਗ ਤੋਂ ਬਾਅਦ ਆਪ ਜੀ ਨੇ ਮੋਢੇ 'ਤੇ ਗਾਗਰ ਉਠਾਉਣੀ, ਦਰਿਆ ਬਿਆਸ ਉੱਥੋਂ 4 ਕੋਹ ਦੇ ਫਾਸਲੇ 'ਤੇ ਸੀ, ਉੱਧਰ ਨੂੰ 2 ਕੋਹ ਪੁੱਠ ਪਹਿਰੇ ਜਾਣਾ, ਗੁਰੂ ਅਦਬ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉੱਥੇ ਅਰਦਾਸ ਕਰਨੀ ਜੀ ਗਰੀਬ ਨਿਵਾਸ ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਲਦੀ ਗਾਗਰ ਭਰ ਕੇ ਲਿਆਉਣੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸ਼ਿਸ਼ੋਭਤ ਹੈ, ਉੱਥੇ ਉੱਚਾ ਥਾਂ ਬਣਾਇਆ ਹੋਇਆ ਸੀ, ਗਾਗਰ ਰੱਖ ਕੇ ਦਮ ਲਿਆ ਕਰਦੇ ਕਿਉਂਕਿ 70 ਸਾਲ ਦੀ ਉਮਰ ਵਿੱਚ ਤਾਂ ਸੇਵਾ ਕਰਨ ਲੱਗੇ ਸਨ। ਇਉਂ ਆਪਨੇ 12 ਸਾਲ ਫਿਰ ਕੀਤੀ ਸੇਵਾ। ਸੋ ਇਸ ਤਰੀਕੇ ਸਿਰ ਆਪ ਜੀ ਨੇ 1 ਦਿਨ ਵੀ ਨਾਗਾ ਨਹੀਂ ਪਾਇਆ। ਸਾਧਸੰਗ ਰੋਜ਼ ਦਾ ਤਾਂ 1 ਦੀਵਾ ਧਰਨਾ ਮੁਸ਼ਕਲ ਹੁੰਦਾ ਹੈ, ਇਤਨੀ ਕਠਿਨ ਪ੍ਰਤਿਗਿਆ ਦੁਆਰਾ 1 ਦਿਨ ਵੀ ਨਾਗਾ ਨਾ ਪਾਉਣਾ ਕਿਤਨੀ ਮੁਸ਼ਕਲ ਗੱਲ ਹੈ। ਮਰ ਜੀਵਣਿਆਂ ਤੋਂ ਬਿਨਾਂ ਇਹ ਜੀ ਤਾਲਣਾ ਕੌਣ ਤਾਲ ਸਕਦਾ ਹੈ। ਇਉਂ ਕਰਕੇ ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ ਸਾਡੇ ਦੇਸ਼ ਵਿੱਚ, ਖਾਸ ਕਰ ਪੰਜਾਬ ਵਿੱਚ ਸਰਦੀ ਦੇ ਮੌਸਮ ਵਿੱਚ ਝੜੀਆਂ ਲੱਗਦੀਆਂ ਤਾਂ ਕਈ ਕਈ ਦਿਨ ਲਗਾਤਾਰ ਚਲੀਆਂ ਜਾਂਦੀਆਂ, ਕਈ ਕਈ ਦਿਨ ਬਾਰਿਸ਼ ਨਹੀਂ ਹਟਦੀ। ਇਉਂ ਕਈ ਦਿਨ ਦੀ ਝੜੀ ਲੱਗੀ, ਥਾਂ ਥਾਂ ਪਾਣੀ ਫਿਰਦਾ ਹੈ, ਸਖ਼ਤ ਸਰਦੀ ਹੈ, ਠੱਕਾ ਵਗਦਾ ਹੈ, ਪਰ ਆਪ ਇਸ ਗੱਲ ਦੀ ਕੋਈ ਪਰਵਾਹ ਨਾ ਕਰਦੇ ਹੋਏ ਵੇਲੇ ਸਿਰ ਮੋਢੇ 'ਤੇ ਗਾਗਰ ਉਠਾਉਂਦੇ ਹਨ, ਦਰਿਆ ਬਿਆਸ ਵੱਲ ਚੱਲ ਪੈਂਦੇ ਹਨ। ਅੱਜ ਵੀ ਆਪਨੇ ਐਸਾ ਹੀ ਕੀਤਾ। ਵਾਪਸੀ ਦੇ ਵਿੱਚ ਜਦੋਂ ਸਖ਼ਤ ਠੱਕਾ ਵਗਦਾ ਸੀ, ਮੀਂਹ ਪੈਂਦਾ ਸੀ, ਗੋਡੇ ਗੋਡੇ ਪਾਣੀ ਫਿਰਦਾ ਸੀ, ਆਪ ਜੀ ਵਾਪਸ ਆਏ, ਵਿਹੜੇ ਸਿਰ ਆ ਕੇ ਇਸ਼ਨਾਨ ਕਰਵਾਇਆ ਕਰਦੇ ਸਨ, ਉਹਦੇ ਵਿੱਚ ਫਰਕ ਨਹੀਂ ਸੀ ਪੈਂਦਾ ਵਕਤ ਦੇ ਵਿੱਚ। ਗੁਰੂ ਕੇ ਮਿਲਣਾ ਦੇ ਨਜ਼ਦੀਕ 1 ਜੁਲਾਹਿਆਂ ਦਾ ਘਰ ਸੀ, ਉਹਨਾਂ ਦੇ ਕੱਪੜੇ ਬੁਣਨ ਵਾਸਤੇ ਅਤੇ ਉਣ ਵਾਸਤੇ ਚੁੰਮਣਾ ਪੱਟੀਆਂ ਸਨ ਅਤੇ ਕਿੱਲੀਆਂ ਗੱਡੀਆਂ ਸਨ। ਪਾਣੀ ਹੋਣ ਕਰਕੇ, ਅੰਧੇਰਾ ਹੋਣ ਕਰਕੇ ਆਪ ਜੀ ਦੀ ਠੋਕਰ ਇੱਕ ਕਿੱਲੀ ਵਿੱਚ ਲੱਗ ਜਾਂਦੀ ਹੈ। ਇਉਂ ਠੋਕਰ ਲੱਗਣ ਕਰਕੇ ਗਿਰ ਜਾਂਦੇ ਹਨ, ਖੜਾਕ ਹੋਇਆ ਪਰ ਜਲ ਨਹੀਂ ਡੁੱਲਣ ਦਿੱਤਾ। ਜੁਲਾਹਾਂ ਦਾ ਛੋਟਾ ਜਿਹਾ ਘਰ ਸੀ ਵਿਚਾਰਿਆਂ ਦਾ, ਜੁਲਾਹ ਅਤੇ ਜੁਲਾਹੀ ਦੋਵੇਂ ਜੀ ਸਨ। ਉਹ ਚੋਂਦਾ ਸੀ ਕਈ ਦਿਨ ਦੀ ਝੜੀ ਲੱਗਣ ਕਰਕੇ, ਸੋ ਕਦੇ ਮੰਜੀ ਉੱਧਰ ਖਿੱਚਦੇ ਸਨ, ਕਦੇ ਉੱਧਰ। ਜਦੋਂ ਖੜਾਕ ਸੁਣਿਆ ਤਾਂ ਜੁਲਾਹ ਕਹਿਣ ਲੱਗਾ, ਭਈ ਕੋਈ ਚੋਰ ਹੈ ਸ਼ਾਇਦ। ਇਹ ਸੁਣ ਕੇ ਜੁਲਾਹੀ ਕਹਿੰਦੀ, ਚੋਰ ਨੇ ਇਹੋ ਜਿਹੇ ਵੇਲੇ ਮੀਂਹ 'ਚ ਕੀ ਲੈਣਾ ਸੀ,
ਇਹ ਤਾਂ ਅਮਰੂ ਨਿਖਾਵਾਂ ਹੈ। ਇਹ ਲਫ਼ਜ਼ ਕਹੇ ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਦੁਨੀਆਂ ਦੇ ਅਣਜਾਣ ਲੋਕ ਤਾਨੇ ਵੀ ਮਾਰਦੇ ਹਨ, ਦੁਰਬਚਨ ਵੀ ਕਹਿੰਦੇ ਹਨ, ਪਰ ਇਹਨਾਂ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਉਹ ਬੇਫਿਕਰੀ ਨਾਲ ਮਸਤ ਹੱਥੀ ਵਾਂਗੂ ਚਲੇ ਜਾਂਦੇ। ਇਹ ਗੱਲ ਜਦੋਂ ਕਹੀ ਅਮਰੂਨੀ ਥਾਵਾਂ, ਇਹ ਗੱਲ ਸੁਣ ਕੇ ਆਪਨੇ ਕਿਹਾ ਕਮਲੀਏ ਮੈਂ ਨਿਥਾਵਾਂ ਕਿਉਂ? ਨਿਥਾਵਾਂ ਤਾਂ ਉਹ ਹੁੰਦਾ ਹੈ ਜਿਹਨੂੰ ਗੁਰੂ ਨਾ ਮਿਲੇ, ਉਹ ਤਾਂ ਦੋਨਾਂ ਜਹਾਨਾਂ 'ਚ ਕੋਈ ਥਾਂ ਨਹੀਂ ਹੁੰਦਾ ਨਿਗੂਰੇ ਪੁਰਸ਼ ਦਾ। ਜਿਹੜਾ ਗੁਰੂ ਵਾਲਾ ਹੈ ਉਹਦਾ ਦੋਨਾਂ ਜਹਾਨਾਂ ਵਿੱਚ ਥਾਂ ਹੈ। ਕਮਲੀ ਕਮਲੀ ਕਹਿਣ ਦੀ ਦੇਰ ਸੀ, ਅਮੋਘ ਬਾਣ ਵਾਂਗੂ ਬਚਨ ਲੱਗਿਆ, ਕਿਉਂਕਿ ਬਿਰਦਾ ਸ਼ੁੱਧ ਸੀ। ਉਹ ਕਮਲੀ ਹੋ ਕੇ ਰੋਈਆਂ ਨੂੰ ਦੌੜ ਜਾਂਦੀ ਹੈ, ਕੱਪੜੇ ਫਾੜ ਕੇ ਉਸੀ ਤਰ੍ਹਾਂ ਮੀਂਹ ਪੈਂਦੇ ਵਿੱਚ ਪਤਾ ਨਹੀਂ ਕਿੱਧਰ ਨੂੰ ਦੌੜ ਗਈ। ਇਹਨਾਂ ਨੇ ਆ ਕੇ ਉਸ ਜਲਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ। ਗੁਰੂ ਅੰਗਦ ਦੇਵ ਮਹਾਰਾਜ ਸਮਾਧਸਥਿਤ ਹੋ ਜਾਂਦੇ ਹਨ, ਆਪ ਜੀ ਵੀ ਬੈਠ ਜਾਂਦੇ ਹਨ। 12 ਸਾਲ ਆਪ ਨੇ ਬੈਠ ਕੇ ਇੰਨੇ ਲੰਮੇ ਪੈ ਕੇ ਨੀਂਦ ਨਹੀਂ ਲਈ, ਬੈਠਿਆਂ ਬੈਠਿਆਂ ਭਾਵੇਂ ਕੋਈ ਟੂਲਾ ਆ ਜਾਂਦਾ ਸੀ, ਇਉਂ ਐਸੀ ਕਠਿਨ ਕਾਲਣਾ ਕਰ ਲਈ। ਅੱਜ ਭਾਵੇਂ ਪਹਿਲੇ ਵੀ ਜਾਣਦੇ ਸਨ ਗੁਰੂ ਅੰਗਦ ਦੇਵ ਮਹਾਰਾਜ, ਅੱਜ ਆਪ ਜੀ ਦਾ ਹਿਰਦਾ ਬੜਾ ਦਰਵੀਭੂਤ ਹੋਇਆ ਅਤੇ ਸੋਚਿਆ ਇਹਨਾਂ ਨੂੰ ਕਾਲਣਾ ਦਾ ਫਲ ਮਿਲਣਾ ਚਾਹੀਦਾ ਹੈ। ਹਾਂ, ਹੁਕਮ ਕੀਤਾ ਅਮਰਦਾਸ ਨੂੰ ਸਣੇ ਕੇਸੀ ਇਸ਼ਨਾਨ ਕਰਵਾ ਕੇ ਔਰ ਨਵੀਨ ਕਹੀਏ ਨਵੇਂ ਬਸਤਰ ਪਹਿਨਾ ਕੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਨਮਸਕਾਰ ਕੀਤੀ, ਗਲ ਵਿੱਚ ਪੱਲਾ ਪਾ ਕੇ ਸਾਹਮਣੇ ਖੜ੍ਹੇ ਹੋ ਗਏ। ਹਾਂ, ਗੁਰੂ ਅੰਗਦ ਦੇਵ ਮਹਾਰਾਜ ਨੇ ਫਰਮਾਇਆ, ਪੁਰਖਾ ਤੈਂ ਸੇਵਾ ਕਰਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ, ਹੁਣ ਮੈਂ ਬੇਵਸਾ ਹੋਇਆ ਤੈਨੂੰ ਪੁੱਛ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਕਰਨ ਵਾਸਤੇ। ਹਾਂ, ਆਸਮਾਨ ਵੱਲ ਨਿਗਾਹ ਮਾਰ, ਦੇਖ ਕਿੰਨੀਆਂ ਸ਼ਕਤੀਆਂ ਇਹ ਸਾਰੀਆਂ ਤੇਰੇ ਤਾਪ ਦੇ, ਬੇਅੰਤ ਸ਼ਕਤੀਆਂ ਜੋ ਦੁਨੀਆਂ ਦੀਆਂ ਹਨ ਸਭ ਹੱਥ ਬੰਨੀ ਖੜੀਆਂ ਹਨ। ਕਹਿਣ ਲੱਗੇ ਇਹ ਸਭ ਤੇਰੇ ਹੁਕਮ ਵਿੱਚ, ਪਰ ਆਪ ਜੀ ਦੀ ਨਿਸ਼ਚਿਤਾ ਕਿਤਨੀ ਸੀ? ਅਰਜ਼ ਕਰਨ ਲੱਗੇ ਸੱਚੇ ਪਾਤਸ਼ਾਹ, ਇਹ ਵਿਭੂਤੀ ਤਾਂ ਹਜ਼ੂਰ ਨੂੰ ਹੀ ਸੁਸ਼ੋਭਿਤ ਹੋਵੇ, ਪਰ ਇਸ ਦਾਸਰੇ ਨੂੰ ਤਾਂ ਸਿਰਫ ਚਰਨਾਂ ਦੀ ਸੇਵਾ ਬਖਸ਼ੋ। ਕਹਿਣ ਲੱਗੇ ਹਾਂ, ਉਸੀ ਦੀ ਬਰਕਤ ਹੈ ਜੋ ਕੁਛ ਹੈ। ਫਿਰ ਉਸ ਤੋਂ ਬਾਅਦ ਕਿਰਪਾ ਦ੍ਰਿਸ਼ਟੀ ਕੀਤੀ, ਸੋ ਖੜਿਆਂ ਖੜਿਆਂ ਉਹਨਾਂ ਦੀ ਸੁਰਤ ਇਉਂ ਚੱਲੀ ਜਿਵੇਂ ਰੀਲ ਉੱਧੜਦੀ ਹੁੰਦੀ। ਸਰੀਰ ਦੇ ਅੰਦਰ ਕਰੋੜਾਂ ਬ੍ਰਹਿਮੰਡ ਹਨ, ਸਭ ਨੂੰ ਉਲੰਘਦੀ ਹੋਈ ਅਖੀਰ ਇਹੋ ਜਿਹੇ ਥਾਂ 'ਤੇ ਵੀ ਜਾ ਕੇ ਅਸਥਿਤ ਹੋ ਗਈ ਜੋ ਵਾਹਿਗੁਰੂ ਦਾ ਆਪਣਾ ਸਰੂਪ ਹੈ, ਜਿਸ ਨੂੰ ਕਿਹਾ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ 'ਤੇ ਪ੍ਰੋਪ ਹਨ। ਇਸੇ ਬੁਝਾਏ ਨਾਮ ਕਾ ਜਿਸ ਹੋਵੇ ਸੋ ਪ੍ਰਸੰਨ, ਨਿਰਾਕਾਰ ਅਤੇ ਨਿਰਵਿਕਲਪ ਵਸਤੂ ਐਨ ਸਮਾਧ ਰੂਪ ਹੈ, ਉੱਥੇ ਜਾ ਕੇ ਬਿਰਤੀ ਬਿਰਤੀਪਣਾ ਗਵਾ ਕੇ ਲੀਨ ਹੋ ਜਾਂਦੀ, ਅਸਥਿਤ ਹੋ ਜਾਂਦੀ। ਬੜੀ ਦੇਰ ਤੱਕ ਇਸ ਅਵਸਥਾ ਵਿੱਚ ਖੜ੍ਹੇ ਰਹੇ। ਹੁਣ ਹੁਕਮ ਹੈ ਪੁਰਖਾ, ਜੋ ਕੁਛ ਤੈਂ ਪਾਉਣਾ ਸੀ ਪਾ ਲਿਆ, ਸਭ ਗੁਰੂ ਨਾਨਕ ਦੀ ਜਿਤਨੀ ਭਗਤੀ ਦੇ ਭੰਡਾਰ, ਬ੍ਰਹਮ ਗਿਆਨ ਦੇ ਭੰਡਾਰ, ਸ਼ਕਤੀਆਂ ਦੇ ਭੰਡਾਰ, ਇਹ ਸਭ ਤੇਰੇ ਤਾਬੇ ਕੀਤੇ। ਸੋ ਇਉਂ ਕਹਿੰਦਿਆਂ ਹੋਇਆਂ ਆਪਣੇ ਕਿਰਪਾ ਦ੍ਰਿਸ਼ਟੀ ਕੀਤੀ, ਉਸ ਮੌਕੇ ਉਹ ਅਵਸਥਾ ਪ੍ਰਾਪਤ ਹੋ ਗਈ ਜਿਸ ਵਿੱਚ ਪਹੁੰਚ ਗਿਆ ਮਸਤੀ ਵਿੱਚ ਇਉਂ ਬੋਲ ਉੱਠੇ। ਕੱਚੇ ਕੱਚ ਤੋਂ ਬਣ ਗਿਆ, ਆ
ਸ਼ਬਦ ਗੁਰ ਸਰਵਣੇ ਸੁਣੇ। ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਬਣਿਓ, ਲੋਹ ਹੋਇਓ ਲਾਲ ਨਜ਼ਰ ਸਤਿਗੁਰ ਜਦ ਤਾਰੇ, ਪਾਹਣ ਮਾਣ ਕਰੇ ਕਿਉ ਗੁਰ ਗਿਆਨ ਵਿਚਾਰੇ। ਜਦੋਂ ਨਜ਼ਰ ਗੁਰਾਂ ਨੇ ਉਹ ਸਭ ਹੀ ਇਹਨਾਂ ਬਰਕਤਾਂ ਤੋਂ ਫੈਜ਼ਯਾਬ ਹੋਏ।
ਸਭਨਾਂ ਨੂੰ ਇਹ ਪ੍ਰਾਪਤ ਹੋਈਆਂ, ਇਹ ਨਹੀਂ ਕੋਈ ਖਾਲੀ ਰਿਹਾ ਹੋਵੇ, ਪਰ ਜਿਸਨੇ ਐਸੀਆਂ ਕਾਰਨਾਂ ਕਰਨੀਆਂ ਹੋਣ ਤਾਂ ਇਉਂ ਗੁਰੂ ਜੀ ਤਦੇ ਫਰਮਾਉਂਦੇ ਹਨ, ਨਾਮ ਜਪੀਏ ਤਾਂ ਦੂਰ ਹੁੰਦੇ ਨਿਕਲੇ ਕਰਨਾ, ਭਾਵੇਂ ਇਹਦਾ ਮਤਲਬ ਇਹ ਨਹੀਂ ਵੀ ਵਿਵਹਾਰਕਾਰ ਕੋਈ ਨਹੀਂ ਕਰਨਾ, ਵਿਹਾਰਕਾਰ ਇਹ ਵੀ ਨੇਕ ਨੀਅਤੀ ਨਾਲ ਕਰੀ ਜਾਓ, ਬਲਕਿ ਇਸ ਤਰੀਕੇ ਸਿਰ ਜੋ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਦਾ ਹੈ ਉਹਦੇ ਵਿਵਹਾਰਕਾਰ ਵਿੱਚ ਵੀ ਵਾਧਾ ਹੁੰਦਾ ਹੈ।
ਆਲ ਰਾਊਂਡ ਉਸਨੂੰ ਫਾਇਦਾ ਹੁੰਦਾ ਹੈ। ਭਜਨ ਕਰਨ ਵਾਲੇ ਦੀ ਆਮ ਲੋਕਾਂ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ, ਭਜਨ ਕਰਨ ਵਾਲੇ ਦਾ ਮਨ ਸ਼ਾਂਤ ਰਹਿੰਦਾ ਹੈ, ਭਜਨ ਕਰਨ ਵਾਲਾ ਭੁਰਜਮਾਂ ਤੋਂ ਬਚਦਾ ਹੈ, ਨਰਕਾਂ 'ਚ ਨਹੀਂ ਜਾਂਦਾ, ਦੁਨੀਆਂ ਵਿੱਚ ਇੱਜ਼ਤ ਆਬਰੂ ਹਾਸਲ ਕਰਦਾ ਹੈ, ਔਰ ਬੜੇ ਬੜੀਆਂ ਸ਼ਕਤੀਆਂ ਭਜਨ ਕਰਕੇ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਭਜਨ ਸੇਵਾ ਆਦਿ ਕਿਤਨੇ ਕੁ ਗੁਣ ਦੱਸੇ ਜਾਣ। ਸੋ ਆਹ ਹੁਣ ਸਮੇਂ ਵੱਲ ਦੇਖੋ, ਸਮਾਂ ਆਗਿਆ ਨਹੀਂ ਦੇ ਰਿਹਾ। ਸੋ ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਅਨੰਦ ਸਾਹਿਬ ਵਿੱਚ ਬੋਲੋ, ਬਾਅਦ ਗੁਰੂ ਸਤੋਤਰ ਵਿੱਚ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਹੁਕਮਨਾਮਾ ਗੁਰੂ ਮਹਾਰਾਜ ਦਾ ਸੁਣੋ, ਫਿਰ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਸੋ ਇਸ ਪੰਡਾਲ ਦੀਆਂ ਨੇ ਇਹ ਥਾਂ ਦੇ ਜੋ 28 ਦਿਨ ਰੱਖੇ ਸਨ, ਬਸ ਆਹੀ ਹਫ਼ਤਾ ਹੈ ਤਕਰੀਬਨ, ਐਤਵਾਰ ਨੂੰ ਜੋ ਆਉਣ ਵਾਲਾ ਸੰਡੇ ਹੈ ਉਸ ਦਿਨ ਅੰਮ੍ਰਿਤ ਪ੍ਰਚਾਰ ਹੋ ਜਾਣਾ ਹੈ। ਅੰਮ੍ਰਿਤ ਪ੍ਰਚਾਰ ਇੱਥੇ ਹੋਵੇਗਾ, ਯਾਨੀ ਜਿਸ ਥਾਂ ਤੁਹਾਨੂੰ ਦੱਸਣਗੇ, ਉਸ ਤੋਂ ਬਾਅਦ ਐਤਵਾਰ ਦਾ ਦੀਵਾਨ ਗ੍ਰੇਵਲੈਂਡ ਹੋਏਗਾ। ਸੋ ਇਸ ਕਰਕੇ ਇਹ ਥੋੜ੍ਹੇ ਜਿਹੇ ਦਿਨ ਰਹਿੰਦੇ ਹਨ, ਇਹਨਾਂ ਨੂੰ ਸਫਲੇ ਕਰੋ। ਹੁਣ ਗੱਜ ਵੱਜ ਕੇ ਬੋਲੋ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਸੁਣ ਮੇਰੀ
है धन है गुरु नानक साहिब धन है Thank you.
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਮਵਾਰਾਂ ਕਾ ਸਾਂਝਾ ਗੁਰਮੁਖ ਨਾਮ ਜਪੈ ਉਤਰੈ ਸੋ ਕਲਮ ਹੈ ਘਟ ਘਟ ਨਾਨਕ ਮਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਅੰਮ੍ਰਿਤ ਛਕਣ ਵਾਲੇ